ਸਵਾਗਤ ਹੈ ਤੁਹਾਡਾ ਕ੍ਰਿਟ ਮਾਈਂਡ YouTube ਚੈਨਲ ਦੇ ਉੱਤੇ ਅੱਜ ਅਪ ਡਿਸਕਸ ਕਰਾਂਗੇ ਜੋ ਮੈਂ ਪਹਿਲਾਂ ਇੱਕ ਵੀਡੀਓ ਅਪਲੋਡ ਕੀਤੀ ਹੈ ਜਿਸ ਦੇ ਵਿੱਚ ਆਪਾਂ ਦੇਖਿਆ ਸੀ ਕਿ ਕਟ-ਆਫ ਕਿੰਨੀ ਜਾਊਗੀ ਬੱਚਿਆਂ ਦੀ ਮੈਰੀਟੋਰੀਅਸ ਦੇ ਸਕੂਲ ਦੇ ਅੰਦਰ ਐਡਮਿਸ਼ਨ ਲੈਣ ਦੇ ਲਈ ਤਾਂ ਕੁਝ ਡਾਊਟ ਸੀ ਬੱਚਿਆਂ ਦੇ ਕੁਝ ਬੱਚਿਆਂ ਦੇ ਅੰਦਰ 네ਗੇਟਿਵਿਟੀ ਆ ਚੁੱਕੀ ਸੀ ਕਿ ਤੁਹਾਨੂੰ ਐਡਮਿਸ਼ਨ ਮਿਲੂ ਜਾਂ ਨਹੀਂ ਮਿਲੂ ਤਾਂ ਉਸ ਦੇ ਰਿਗਾਰਡਿੰਗ ਆਪਾਂ ਥੋੜਾ ਜਿਹਾ ਡਿਸਕਸ ਕਰਾਂਗੇ ਅਣ ਜੋ ਤੁਹਾਡੇ ਡਾਊਟਸ ਹੋਣਗੇ ਮੈਂ ਥੱਲੇ ਇੱਕ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਦਊਂਗਾ ਤੁਸੀਂ ਉਸ ਲਿੰਕ ਤੇ ਜਾ ਕੇ ਜੋ ਵੀ ਤੁਹਾਡੇ ਡਾਊਟਸ ਹੋਣਗੇ ਤੁਹਾਡੇ ਕੈਰੀਅਰ ਦੇ ਰਿਗਾਰਡਿੰਗ ਕਿ ਤੁਸੀਂ ਮੈਡੀਕਲ ਜਾਂ ਨਾਨ ਮੈਡੀਕਲ ਜਾਂ ਕਮਰਸ ਕਿਹੜਾ ਕਿਹੜੀ ਸਟਰੀਮ ਨੂੰ ਤੁਸੀਂ ਚੂਜ਼ ਕਰੋਗੇ ਉਸ ਦੇ ਰਿਗਾਰਡਿੰਗ ਹੋ ਸਕਦਾ ਜਾਂ ਐਡਮਿਸ਼ਨ ਦੇ ਰਿਗਾਰਡਿੰਗ ਜਾਂ ਕਿਸੇ ਚੀਜ਼ ਦੇ ਵੀ ਰਿਗਾਰਡਿੰਗ ਜੋ ਤੁਹਾਡੇ ਡਾਊਟਸ ਹੋਣਗੇ ਤੁਸੀਂ ਕਮੈਂਟ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇੱਕ ਲਿੰਕ ਮਿਲੇਗਾ ਉਸ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਉੱਥੇ ਆਪਣੇ ਡਾਊਟਸ ਲਿਖ ਸਕਦੇ ਹੋ ਮੈਂ ਨੈਕਸਟ ਵੀਡੀਓ ਦੇ ਅੰਦਰ ਅ ਕੋਸ਼ਿਸ਼ ਕਰੂੰਗਾ ਕਿ ਸੰਡੇ ਮੈਂ ਇੱਕ ਲਾਈਵ ਸੈਸ਼ਨ ਲਵਾਂਗਾ ਐਂਡ ਉਸ ਦੇ ਵਿੱਚ ਜੋ ਤੁਹਾਡੇ ਡਾਊਟਸ ਉੱਥੇ ਲਿਖੇ ਹੋਣਗੇ ਉਹਨਾਂ ਨੂੰ ਸਾਰਿਆਂ ਨੂੰ ਰੀਡਰੈਸ ਕੀਤਾ ਜਾਊਗਾ ਤਾਂ ਆਪਾਂ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਕਿ ਜਦੋਂ ਵੀ ਮੈਂ ਕੋਈ ਨਵੀਂ ਵੀਡੀਓ ਅਪਲੋਡ ਕਰਾਂਗਾ ਤਾਂ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਮਿਲ ਜਾਵੇ ਤਾਂ ਅੱਜ ਦੀ ਵੀਡੀਓ ਦੇ ਅੰਦਰ ਆਪਾਂ ਡਿਸਕਸ ਇਹੀ ਕਰਨਾ ਦੇਖੋ ਜੋ ਆਪਾਂ ਲਾਸਟ ਵੀਡੀਓ ਦੇ ਅੰਦਰ ਡਿਸਕਸ ਕੀਤਾ ਸੀ ਜਿਹਦੇ ਵਿੱਚ ਆਪਾਂ ਇੱਕ ਦੇਖਿਆ ਸੀ ਕਿ ਜੇਕਰ ਆਪਾਂ ਬੁਆਇਸ ਦੀ ਗੱਲ ਕਰੀਏ ਤਾਂ ਉਹਦੀ ਕੱਟ-ਆਫ ਜੋ ਜਾ ਰਹੀ ਸੀ ਅਕੋਰਡਿੰਗ ਟੂ ਜੋ ਆਪਾਂ ਮੈਰਿਟ ਲਿਸਟ ਬਣਾਈ ਹੈ 62 ਐਂਡ ਜੋ ਗਰਲਸ ਆ ਉਹਦੀ ਮੈਰਿਟ ਲਿਸਟ ਆਪਨੇ ਕੋਲ 66 ਜਾ ਰਹੀ ਹੈ ਹੁਣ ਇੱਥੇ ਬੱਚੇ ਨੂੰ ਪ੍ਰੋਬਲਮ ਉਹਨੂੰ ਆ ਰਹੀ ਹੈ ਜਿਹਦੇ ਮਾਰਕਸ 62 ਤੋਂ ਥੱਲੇ ਆ ਜਾਂ ਜਿਹੜੇ ਗਰਲਸ ਦੇ ਜਿਹੜੇ ਮਾਰਕਸ ਆ ਉਹ ਆਪਣੇ ਕੋਲੇ 66 ਤੋਂ ਘੱਟ ਆ ਤਾਂ ਜਿਨ੍ਹਾਂ ਦੇ 62 ਤੋਂ ਘੱਟ ਆ ਜਾਂ ਫਿਰ 66 ਤੋਂ ਘੱਟ ਆ ਉਹ ਬੱਚਿਆਂ ਨੂੰ ਥੋੜੀ ਪ੍ਰੋਬਲਮ ਆ ਰਹੀ ਹੈ ਕਿ ਸਾਨੂੰ ਐਡਮਿਸ਼ਨ ਮਿਲੂਗੀ ਜਾਂ ਨਹੀਂ ਮਿਲੂਗੀ ਇਸ ਚੀਜ਼ ਦੇ ਰਿਗਾਰਡਿੰਗ ਦੇਖੋ ਮੈਂ ਵੀਡੀਓ ਦੇ ਅੰਦਰ ਪਹਿਲਾਂ ਹੀ ਕਲੀਅਰ ਕੀਤਾ ਸੀ ਇਹ ਚੀਜ਼ ਨੂੰ ਕਿ ਜੋ ਆਪਾਂ ਮੈਰਿਟ ਲਿਸਟ ਬਣਾਈ ਹੈ ਉਸ ਦੇ ਅੰਦਰ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਜਿਹੜੇ ਸਾਰੇ ਸਾਰੇ ਦੇ ਸਾਰੇ ਬੱਚੇ ਐਡਮਿਸ਼ਨ ਲੈ ਲੈਂਦੇ ਆ ਦੇਖੋ ਜਿਹੜੇ ਉੱਪਰ ਆਪਣੇ ਕੋਲੇ ਬੱਚਿਆਂ ਦੀ ਮੈਰਿਟ ਲਿਸਟ ਬਣੀ ਹੈ ਜੇਕਰ ਇਹ ਸਾਰੇ ਬੱਚੇ ਐਡਮਿਸ਼ਨ ਲੈ ਲੈਂਦੇ ਆ ਇਹਨਾਂ ਦੇ ਵਿੱਚੋਂ ਕੋਈ ਵੀ ਬੱਚਾ ਆਪਣੀ ਸੀਟ ਨੂੰ ਨਹੀਂ ਛੱਡਦਾ ਮੈਰਿਟੋਰੀਅਸ ਦੇ ਅੰਦਰ ਤਾਂ ਫਿਰ ਤਾਂ ਇਹੀ ਕੱਟ-ਆਫ ਜਾਊਗੀ ਜੋ ਮੈਂ ਇੱਥੇ ਲਿਖੀ ਆ ਕਿਉਂਕਿ ਉਸ ਨੂੰ ਪ੍ਰੋਪਰ ਇੱਕ ਡਿਕਰੀਜ਼ਿੰਗ ਆਰਡਰ ਦੇ ਵਿੱਚ ਲਿਖਿਆ ਹੋਇਆ ਹੈ ਬੀ ਮਾਰਕਸ ਨੂੰ ਤਾਂ ਜਿੰਨੀਆਂ ਆਪਣੇ ਕੋਲੇ ਸੀਟਸ ਆ ਸੀਟਸ ਦੇ ਅਕੋਰਡਿੰਗ ਹੀ ਫਿਰ ਐਡਮਿਸ਼ਨ ਹੋਊਗੀ ਤਾਂ ਜੇਕਰ ਕੋਈ ਵੀ ਬੱਚਾ ਸੀਟ ਨਹੀਂ ਛੱਡਦਾ ਸਾਰੇ ਬੱਚੇ ਐਡਮਿਸ਼ਨ ਲੈ ਲੈਂਦੇ ਆ ਤਾਂ ਫਿਰ ਆਪਣੇ ਕੋਲੇ ਕੱਟਆਫ ਜੋ ਮੈਂ ਤੁਹਾਨੂੰ ਦੱਸੀ ਉਹ ਹੀ ਜਾਊਗੀ ਇਸ ਤੋਂ ਥੱਲੇ ਵਾਲੇ ਜਿਹੜੇ ਬੱਚੇ ਆਸ ਤੋਂ ਘੱਟ ਨੰਬਰ ਵਾਲੇ ਬੱਚੇ ਉਹਨਾਂ ਨੂੰ ਐਡਮਿਸ਼ਨ ਨਹੀਂ ਮਿਲੂਗੀ ਇਹ ਜੋ ਸਚਾਈ ਹੈ ਉਹ ਇਹੀ ਹੈ ਬਟ ਇਹ ਹੁੰਦਾ ਨਹੀਂ ਕਿ ਸਾਰੇ ਬੱਚੇ ਐਡਮਿਸ਼ਨ ਲੈ ਲੈਣ ਰੀਜ਼ਨ ਕੀ ਹੁੰਦਾ ਕਿ ਦੇਖੋ ਜੇਕਰ ਆਪਾਂ ਸੀਟਸ ਦੀ ਗੱਲ ਕਰੀਏ ਤਾਂ ਸੀਟਸ ਆਪਣੇ ਕੋਲ ਜਿੱਦਾਂ ਇੱਥੇ 300 36 ਸੀਟਾਂ ਆਪਣੇ ਕੋਲੇ ਮੈਡੀਕਲ ਦੇ ਅੰਦਰ ਤਾਂ ਜਿਹੜਾ ਬੱਚਾ ਮੈਡੀਕਲ ਦੇ ਅੰਦਰ ਐਡਮਿਸ਼ਨ ਲੈਣਾ ਚਾਹੁੰਦਾ ਤਾਂ ਹੋ ਸਕਦਾ ਕਿ ਉਸ ਦਾ ਰੈਂਕ ਤਾਂ ਵਧੀਆ ਹੋਵੇ ਪਰ ਉਸ ਨੂੰ ਮੈਡੀਕਲ ਦੇ ਵਿੱਚ ਐਡਮਿਸ਼ਨ ਹੀ ਨਾ ਮਿਲੇ ਜਾਂ ਫਿਰ ਆਪਣੇ ਕੋਲੇ ਕਾਮਰਸ ਨਾਨ ਮੈਡੀਕਲ ਚ ਤਾਂ ਕਾਫੀ ਸੀਟਸ ਹੁੰਦੀਆਂ ਜਾਂ ਫਿਰ ਆਪਣੇ ਕੋਲੇ ਕਾਮਰਸ ਹੋ ਗਿਆ ਉਹਦੇ ਅੰਦਰ ਸੀਟ ਨਾ ਮਿਲੇ ਤਾਂ ਫਿਰ ਉਹ ਬੱਚਾ ਐਡਮਿਸ਼ਨ ਨਹੀਂ ਲਊਗਾ ਜਾਂ ਫਿਰ ਕਈ ਬੱਚਾ ਨੇ ਐਡਮਿਸ਼ਨ ਕਿਸੇ ਸਕੂਲ ਦੇ ਅੰਦਰ ਲੈ ਲਈ ਹੁੰਦੀ ਹੈ ਤੇ ਉੱਥੇ ਉਹਨਾਂ ਨੂੰ ਇਦਾਂ ਲੱਗਦਾ ਹੁੰਦਾ ਕਿ ਸਾਨੂੰ ਇੱਥੇ ਵਧੀਆ ਸਮਝ ਲੱਗ ਰਿਹਾ ਤਾਂ ਉਹ ਬੱਚਾ ਵੀ ਐਡਮਿਸ਼ਨ ਨਹੀਂ ਲਾਊਗਾ ਤਾਂ ਇਦਾਂ ਜੇਕਰ ਬੱਚੇ ਐਡਮਿਸ਼ਨ ਨਹੀਂ ਲੈਂਦੇ ਇਹ ਹਰ ਵਾਰ ਹੁੰਦਾ ਕਿ ਬੱਚੇ ਐਡਮਿਸ਼ਨ ਨਹੀਂ ਲੈਂਦੇ ਕਾਫੀ ਬੱਚੇ ਜਿਹੜੇ ਆ ਉਹ ਐਡਮਿਸ਼ਨ ਮੈਰਿਟੋਰੀ ਸਕੂਲ ਦੇ ਅੰਦਰ ਨਹੀਂ ਲੈਂਦੇ ਤਾਂ ਕੱਟਆਫ ਜੋ ਮੈਂ ਤੁਹਾਨੂੰ ਦੱਸੀ ਐ ਉਸ ਤੋਂ ਥੱਲੇ ਹੀ ਜਾਊਗੀ ਐਂਡ ਉਸ ਤੋਂ ਬਾਅਦ ਫਿਰ ਇਹ ਹੁੰਦਾ ਕਿ ਜਿਹੜੇ ਬੱਚੇ ਐਡਮਿਸ਼ਨ ਲੈ ਲੈਂਦੇ ਆ ਕਈ ਵਾਰ ਉਹਨਾਂ ਦਾ ਉੱਥੇ ਮਨ ਨਹੀਂ ਲੱਗਦਾ ਤਾਂ ਉਹ ਚਲੇ ਆਉਂਦੇ ਆ ਫਿਰ ਵੀ ਸੀਟਸ ਖਾਲੀ ਰਹਿ ਜਾਂਦੀਆਂ ਜੇਕਰ ਉਹ ਛੇਤੀ ਚਲੇ ਆਉਂਦੇ ਉੱਥੇ ਥੋੜਾ ਥੋੜਾ ਟਾਈਮ ਲਾਉਣ ਤੋਂ ਬਾਅਦ ਤਾਂ ਫਿਰ ਦੁਬਾਰਾ ਫਿਰ ‟ਵੇਇਟਿੰਗ ਲਿਸਟ” ਬਣ ਜਾਂਦੀ ਹੁੰਦੀ ਉਹ ਉਸ ਦੇ ਅੰਦਰ ਫਿਰ ਦੁਬਾਰਾ ਬੱਚਿਆਂ ਨੂੰ ਚਾਂਸਸ ਦਿੱਤੇ ਜਾਂਦੇ ਆ ਤਾਂ ਕਿ ਇਹ ਸੀਟ ਜਿਹੜੀ ਆ ਉਹ ਖਰਾਬ ਨਾ ਹੋਵੇ। ਤੈਸ ਕਰਕੇ ਜੋ ਆਪਾਂ ਕੱਟ-ਆਫ ਡਿਸਾਈਡ ਕੀਤੀ ਸੀ ਉਹ ਕੱਟ-ਆਫ ਸਿਰਫ ਐਸ ਲਈ ਸੀ ਕਿ ਜੇਕਰ ਸਾਰੇ ਦੇ ਸਾਰੇ ਬੱਚੇ ਐਡਮਿਸ਼ਨ ਲੈ ਲੈਂਦੇ ਆ ਕੋਈ ਵੀ ਬੱਚਾ ਇਹਨਾਂ ਦੇ ਵਿੱਚੋਂ ਜਿੰਨੇ ਬੱਚਿਆਂ ਦੀ ਆਪਾਂ ਲਿਸਟ ਬਣਾਈ ਆ ਉਹਨਾਂ ਦੇ ਵਿੱਚੋਂ ਸਾਰੇ ਬੱਚੇ ਐਡਮਿਸ਼ਨ ਲੈ ਲੈਂਦੇ ਕੋਈ ਵੀ ਬੱਚਾ ਆਪਣੀ ਸੀਟ ਨੂੰ ਨਹੀਂ ਛੱਡਦਾ। ਬਟ ਇਦਾਂ ਨਹੀਂ ਹੁੰਦਾ ਮੈਂ ਤੁਹਾਨੂੰ ਵਾਰ-ਵਾਰ ਕਿਹਾ ਹਰ ਵਾਰ ਕੀ ਹੁੰਦਾ ਕਿ ਜਿਹੜੇ ਬੱਚੇ ਐਡਮਿਸ਼ਨ ਨਹੀਂ ਲੈਂਦੇ ਤਾਂ ਕਰਕੇ ਜਿਹੜੀ ਕੱਟ-ਆਫ ਹੋ 62 ਤੋਂ ਥੱਲੇ ਹੀ ਜਾਊਗੀ ਹੋ ਸਕਦਾ ਹੈ 60 ਚਲੀ ਜਾਵੇ ਐਂਡ ਜਿਹੜੀ 66 ਇਹ ਵੀ ਥੱਲੇ ਜਾਊਗੀ 64 60 ਤੱਕ ਵੀ ਆ ਸਕਦੀ ਆ ਡਿਪੈਂਡ ਕਰੂਗਾ ਕਿੰਨੇ ਬੱਚੇ ਜਿਹੜੇ ਸੀਟ ਉਹ ਛੱਡਦੇ ਆ ਤਾਂ ਇਥੇ ਘਬਰਾਉਣ ਦੀ ਗੱਲ ਨਹੀਂ ਤੁਸੀਂ ਜਦ ਤੱਕ ਜਿਹੜੇ ਬੱਚਿਆਂ ਦੇ ਮਾਰਕਸ ਜ਼ਿਆਦੇ ਘਟਾ ਤੁਸੀਂ ਕਿਸੇ ਨੀਅਰੈਸਟ ਸਕੂਲ ਦੇ ਅੰਦਰ ਐਡਮਿਸ਼ਨ ਲੈ ਲਓ ਐਂਡ ਕਾਉਂਸਲਿੰਗ ਐਸ ਦੀ ਜਲਦੀ ਸਟਾਰਟ ਹੋ ਜਾਊਗੀ ਕਿਉਂਕਿ ਬੱਚਿਆਂ ਦੇ ਡਾਊਟ ਸੀ ਕਿ ਜਿਹੜੀ ਵੈਬਸਾਈਟ ਆ ਓਪਨ ਨਹੀਂ ਹੋ ਰਹੀ ਐਂਡ ਜਿਹੜੀ ਮੈਰਿਟ ਲਿਸਟ ਹੈ ਮੈਰਿਟ ਲਿਸਟ ਮੈਂ ਖੁਦ ਬਣਾਈਆ ਜੋ ਤੁਹਾਡਾ ਜੋ ਰਿਜ਼ਲਟ ਸੀ ਉਸ ਰਿਜ਼ਲਟ ਦੇ ਵਿੱਚੋਂ ਜਿਹੜੇ ਬੱਚੇ ਐਲੀਜੀਬਲ ਸੀ ਸਿਰਫ ਉਹਨਾਂ ਬੱਚਿਆਂ ਨੂੰ ਹੀ ਲਿਆਇਆ ਗਿਆ ਇੱਥੇ ਐਂਡ ਉਹਨਾਂ ਨੂੰ ਸਾਰਟ ਕੀਤਾ ਗਿਆ ਡਿਕਰੀਜ਼ਿੰਗ ਆਰਡਰ ਦੇ ਵਿੱਚ ਤਾਂ ਆਪਣੇ ਕੋਲ ਇੱਕ ਮੈਰਿਟ ਲਿਸਟ ਬਣ ਗਈ ਆ ਇਹ ਤੁਹਾਡੇ ਸੀਰੀਅਲ ਨੰਬਰ ਉਸ ਦੇ ਵਿੱਚ ਦਿੱਤੇ ਹੋਏ ਆ ਉਥੋਂ ਤੁਸੀਂ ਦੇਖ ਸਕਦੇ ਹੋ ਕਿ ਉਹਦੇ ਵਿੱਚ ਜੋ ਸੀਰੀਅਲ ਨੰਬਰ ਉਹ ਇੱਥੇ ਆਪਣੇ ਕੋਲ ਅੱਗੇ ਪਿੱਛੇ ਆ ਗਿਆ ਤਾਂ ਜੋ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਸੀ ਗੱਲ ਇਹੀ ਆ ਕਿ ਜੋ ਮੈਰਿਟ ਜੋ ਆਪਣੀ ਮੈਰਿਟ ਲਿਸਟਸ ਉਸ ਦੇ ਵਿੱਚ ਜੋ ਕਟ-ਆਫ ਬਣੀ ਆ ਉਸ ਤੋਂ ਕਟ-ਆਫ ਘੱਟ ਹੀ ਜਾਊਗੀ ਐਂਡ ਜਦ ਤੱਕ ਕਾਉਂਸਲਿੰਗ ਨਹੀਂ ਹੁੰਦੀ ਤਦ ਤੱਕ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆਪਣੇ ਇੱਕ ਵਾਰ ਐਡਮਿਸ਼ਨ ਲੈ ਲਓ ਜਿਨ੍ਹਾਂ ਦੇ ਮਾਰਕਸ ਤੁਹਾਡੇ ਘੱਟ ਆ ਐਂਡ ਵੇਟਿੰਗ ਕਰੋ ਕਿ ਕਾਉਂਸਲਿੰਗ ਸਟਾਰਟ ਹੋ ਜਾਵੇ ਕਿਉਂਕਿ ਵੈਬਸਾਈਟ ਤਾਂ ਹੀ ਨਹੀਂ ਓਪਨ ਹੋ ਰਹੀ ਉਹਨਾਂ ਨੇ ਕਾਉਂਸਲਿੰਗ ਆਨਲਾਈਨ ਸਟਾਰਟ ਕਰਨੀ ਆ ਐਂਡ ਆਨਲਾਈਨ ਕਾਉਂਸਲਿੰਗ ਦੇ ਵਿੱਚ ਜਿਹੜੀ ਹੁੰਦੀ ਆਪਣੇ ਵੈਬਸਾਈਟ ਹੁੰਦੀ ਆ ਵੈਬਸਾਈਟ ਨੂੰ ਥੋੜਾ ਮੈਨੇਜ ਕਰਨਾ ਪੈਂਦਾ ਤਾਂ ਕਰਕੇ ਵੈਬਸਾਈਟ ਦੇ ਉੱਪਰ 에ਰਰ ਆ ਰਿਹਾ ਤੋਂ 에ਰਰ ਆ ਜਿਹੜਾ ਉਹ ਜਲਦੀ ਖਤਮ ਹੋਊਗਾ ਬਟ ਜਸਟ ਟਾਈਮ ਤੇ ਖਤਮ ਹੋਊਗਾ ਉਸ ਟਾਈਮ ਤੇ ਹੀ ਤੁਹਾਡੀ ਜੋ ਕਾਉਂਸਲਿੰਗ ਹੋ ਸਟਾਰਟ ਹੋ ਜੂਗੀ ਤਾਂ ਜੋ ਤੁਹਾਡੇ ਡਾਊਟਸ ਹੋਣਗੇ ਤੁਸੀਂ ਕਮੈਂਟ ਸੋਰੀ ਆਪਣੇ ਕੋਲ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਹੋਊਗਾ ਉੱਥੇ ਜਾ ਕੇ ਟਾਈਪ ਕਰ ਸਕਦੇ ਹੋ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਜੋ ਡਾਊਟਸ ਹੋਣਗੇ ਮੈਂ ਲਾਈਵ ਸੈਸ਼ਨ ਦੇ ਅੰਦਰ ਰੀਡਰੈਸ ਕਰ ਦਵਾਂਗਾ ਕੋਈ ਵੀ ਡਾਊਟ ਹੋ ਸਕਦਾ ਤੁਹਾਡਾ ਤੁਹਾਡੇ ਕੈਰੀਅਰ ਦੇ ਰਿਗਾਰਡਿੰਗ ਕਿ ਮੈਡੀਕਲ ਨਾਨ ਮੈਡੀਕਲ ਜਾਂ ਕਮਰਸ ਕਿਹੜੀ ਸਟਰੀਮ ਨੂੰ ਲਈਏ ਤੁਸੀਂ ਸਿਰਫ ਆਪਣਾ ਏਮ ਦੱਸ ਦਿਓ ਕਿ ਅਸੀਂ ਏ ਆਪਣੀ ਜ਼ਿੰਦਗੀ ਦੇ ਵਿੱਚ ਆ ਬਣਨਾ ਚਾਹੁੰਦੇ ਆ ਅਸੀਂ ਆ ਚੀਜ਼ ਕਰਨੀ ਚਾਹੁੰਦੇ ਆ ਐਂਡ ਸਾਨੂੰ ਕਿਹੜਾ ਕਿਹੜੀ ਸਟਰੀਮ ਲੈਣੀ ਚਾਹੀਦੀ ਹੈ ਤਾਂ ਕਿ ਫਿਊਚਰ ਦੇ ਵਿੱਚ ਤੁਹਾਨੂੰ ਕੋਈ ਪਛਤਾਵਾ ਨਾ ਹੋਵੇ ਕਿ ਅਸੀਂ ਕੋਈ ਗਲਤ ਸਟਰੀਮ ਲਈ ਕਿਉਂਕਿ ਬਹੁਤ ਹੀ ਆਦੇ क्रੂਸ਼ਲ ਟਾਈਮ ਹੁੰਦਾ ਹੈ ਬਹੁਤ ਹੀ ਆਦੇ ਜਿਹੜੀ ਸਟਰੀਮ ਉਹਨੂੰ ਡਿਸਾਈਡ ਕਰਨ ਦਾ ਬਹੁਤ ਹੀ ਆਦੇ ਟੈਨਸ਼ਨ ਹੁੰਦੀ ਬੱਚਿਆਂ ਦੇ ਮਨ ਦੇ ਉੱਪਰ ਤਾਂ ਇਹ ਚੀਜ਼ ਲਈ ਮੈਂ ਤੁਹਾਡੀ ਥੋੜੀ ਹੈਲਪ ਕਰ ਦਵਾਂਗਾ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਤੇ ਜਾ ਕੇ ਤੁਸੀਂ ਆਪਣੇ ਆਪਣੇ ਡਾਊਟਸ ਲਿਖ ਸਕਦੇ ਹੋ ਔਰ ਦੂਜੀ ਚੀਜ਼ ਖਬਰਾਂ ਦੀ ਲੋੜ ਨਹੀਂ ਜਦ ਤੱਕ ਕਾਉਂਸਲਿੰਗ ਨਹੀਂ ਹੁੰਦੀ ਹੋ ਸਕਦਾ ਕੱਟਆਫ 60 ਤੋਂ ਵੀ ਥੱਲੇ ਚਲੀ ਜਾਵੇ ਬੱਚੇ ਯਾਦ ਐਡਮਿਸ਼ਨ ਨਾ ਲੈਣ ਅ ਕਿਉਂਕਿ ਜਿਹੜੇ ਬੱਚੇ ਜਿਨ੍ਹਾਂ ਦੇ ਰੈਂਕ ਯਾਦੇ ਹੁੰਦਾ ਉਹ ਇੰਟੈਲੀਜੈਂਟ ਥੋੜੇ ਆਪ ਨੂੰ ਪਤਾ ਹੀ ਹੁੰਦਾ ਕਿ ਬੱਚਿਆਂ ਦੇ ਪਰਸੈਂਟੇਜ ਵਧੀਆ ਵਾ 10th ਵਿੱਚੋਂ ਤੋਂ ਐਡਮਿਸ਼ਨ ਲੈ ਲੈਂਦੇ ਹੁੰਦੇ ਕਈ ਬੱਚਿਆਂ ਦੀ ਪ੍ਰਾਈਵੇਟ ਸਕੂਲ ਦੇ ਅੰਦਰ ਐਡਮਿਸ਼ਨ ਹੁੰਦੀ ਹੈ ਪਹਿਲਾਂ ਤਾਂ ਉਹ ਬੱਚੇ ਐਡਮਿਸ਼ਨ ਕਈ ਵਾਰ ਨਹੀਂ ਲੈਂਦੇ ਤਾਂ ਇਹ ਚੀਜ਼ਾਂ ਨੂੰ ਥੋੜਾ ਧਿਆਨ ਦੇਣ ਦੀ ਗੱਲ ਆ ਐਂਡ ਕਿਸੇ ਤਰ੍ਹਾਂ ਦੇ 네ਗੇਟਿਵ ਜਿਹੜੀ ਆਪਣੇ ਖਿਆਲ ਹੁੰਦੇ ਉਹ ਮਨ ਵਿੱਚ ਲਿਆਉਣ ਦੀ ਲੋੜ ਨਹੀਂ ਐਂਡ ਪੋਜ਼ਿਟਿਵ ਰਹੋ ਐਂਡ ਬਾਕੀ ਆਪਾਂ ਜੋ ਵੀ ਮੈਨਟੋਰੀ ਸਕੂਲ ਦੇ ਰਿਗਾਰਡਿੰਗ ਨੋਟੀਫਿਕੇਸ਼ਨ ਆਊਗਾ ਜਾਂ ਜੋ ਵੀ ਡਿਸਕਸ ਕਰਨ ਕਰਨ ਦੀ ਲੋੜ ਹੋਊਗੀ ਆਪਾਂ ਆਪਣੇ ਚੈਨਲ ਦੇ ਉੱਪਰ ਉਸ ਨੂੰ ਡਿਸਕਸ ਕਰਾਂਗੇ ਐਂਡ ਵੀਡੀਓ ਦੇਖ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ